ਜੰਮੇ ਨੇ ਸਾਹ ਕੇ ਮੰਗਦਾ ਸਬਰ ਹਰ ਆਉਂਦਾ ਜਾਂਦਾ ਸਾਹ ਕਰੀ ਵਾਹਿਗੁਰੂ ਮਿਹਰ ਸਾਨੂੰ ਦੇਵੀ ਟਿਕਾਣੇ ਲਾ ਦੇਵੀ ਟਿਕਾਣੇ ਲਾ ਨੌਜਵਾਨ ਗੁਰਪ੍ਰੀਤ ਬੁਰਜ ਹਰੀ ਤੇ ਦੂਜੇ ਪਾਸੇ ਚੰਨਾ ਭੇਟਾਂ ਵਾਲਾ ਲਓ ਚੰਨਾ ਭੇਟਾਂ ਵਾਲਾ ਇਹ ਹੈ ਚੰਨਾ ਭੇਟਾਂ ਵਾਲਾ ਐਨ ਤਕੜਾ ਜੱਫਾ ਲਾਉਂਦਾ ਹੋਇਆ ਲਓ ਦਾਰਾ ਕੀ ਹੋਣਾ ਦਾ ਜੈਕ ਧਾਲੀਵਾਲ ਹੋਣਾ ਦਾ ਰਿੰਕੂ ਧਾਲੀਵਾਲ ਹੋਣਾ ਦਾ ਗੈਰੀ ਗਿੱਲ ਹੋਣਾ ਦਾ ਗੁਰਪ੍ਰੀਤ ਗਿੱਲ ਹੋਣਾ ਦਾ ਵੱਡਾ ਯੋਗਦਾਨ ਹੈ ਪਰ ਮੈਚ ਬੜਾ ਫਸਵਾਂ ਆਹ ਮੈਚ ਦੇ ਵਿੱਚ ਲੈ ਵੀ ਖੜਗ ਸਾਹਿਬ ਦੱਸੀ ਵੀ ਕਿੰਨੇ ਜੱਫੇ ਹੁਣ ਤੱਕ ਜਿਹੜੇ ਪੁੱਲੋ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ ਯੂਨਾਈਟਡ ਟਾਈਗਰ ਕਬੱਡੀ ਕਲੱਬ ਦੇ ਯੰਗ ਕਬੱਡੀ ਕਲੱਬ ਨੂੰ ਮੇਰੀ ਬੇਨਤੀ ਵੀ ਖੇਡ ਮੈਦਾਨ ਦੇ ਵਿੱਚ ਜਲਦੀ ਦੇ ਨਾਲ ਆ ਜਾਣ ਲਓ ਹਰਦੇਵ ਫਕਰ ਝੰਡੇ ਵਾਲਾ ਹਰਦੇਵ ਬਾ ਉਹ ਹਰਦੇਵ ਸਿਆਣਾ ਹੀ ਰੀਸਾ ਨੌਜਵਾਨਾਂ ਦੇਣੀਆਂ ਐਨ ਕਮਾਲ ਦੇ ਜੱਫੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਲਾਏ ਹੈ ਲਓ ਹਾਫ ਟਾਈਮ ਇਸ ਚੱਕ ਕੱਪ ਦੇ ਲਈ ਵੀ ਆਪ ਸਾਰੀ ਸੰਗਤ ਨੂੰ ਸੱਦਾ ਦਿੱਤਾ ਜਾ ਰਿਹਾ ਲਓ ਸੁਲਤਾਨ ਦੀ ਰੇਡ ਲਾਸਟ ਪਲਾਂ ਦੇ ਵਿੱਚ ਮੈਚ ਖੇਡਿਆ ਜਾ ਰਿਹਾ ਹੁਣ ਭੱਜ ਗਈ ਕੈਂਚੀ ਖੇਡ ਮੈਦਾਨ ਦੇ ਵਿੱਚ ਵੇਖੀਏ ਰਾਜ ਮੇਰਾ ਖਿਆਲ ਆ ਵੀ ਜਖੇਪਣ ਵਾਲਾ ਰਾਜ ਹੀ ਲੱਗਦਾ ਇਹਨੇ ਵੀ ਜੱਫੇ ਐਵ ਸਪੋਰਟ ਦੇ ਕਬੱਡੀ ਕਲੱਬ ਦੇ ਸਿਰੇ ਦੇ ਲਾਇਆ ਬੈਸਟ ਆ ਹੁਣ ਆਹ ਜੱਫੇ ਦਾ ਕਹਿੰਦੇ ਮੁੱਲ ਵੀ ਪੈ ਸਕਦਾ ਕਿਉਂਕਿ ਇਸ ਜੱਫੇ ਨੇ ਨਾ ਐਨ ਸਵਾਦ ਲਿਆ ਦਿੱਤਾ ਲੈ ਵੀ ਜਲਾਲ ਇੱਕ ਇੱਕ ਰੇਡ ਵਾਕ